ਬਹੁਤ ਦੇ ਜੂਏ ਬਣੇ ਹੋਏ ਨੇ ਤਾਂ ਪਰਮੇਸ਼ੁਰ ਨਾਲ ਚੱਕਣਾ ਚੋਰ ਕਰਨ ਵਾਸਤੇ ਤੇਰੀਆਂ ਸ਼ਕਤੀਆਂ ਤੇਰੀਆਂ ਸਮਰਥਾਂ ਪਰਮੇਸ਼ੁਰ ਅੱਗੇ ਵਧਣ ਤੇਰੀ ਕਿਰਪਾ ਹੋਵੇ ਦਿਆ ਹੋਵੇ ਰਹਿਣ ਤੇਰਾ ਨਾਮ ਪਵਿੱਤਰ ਹੈ ਰਾਜਾ ਦਾ ਰਾਜਾ ਬਾਦਸ਼ਾਹ ਦਾ ਬਾਦਸ਼ਾਹ ਜੋ ਬੱਚੇ ਤੇਰੇ ਨਾਮ ਦੇ ਵਿੱਚ ਪਰਮੇਸ਼ੁਰ ਦਾ ਦੁੱਖਾਂ ਦੇ ਪੀੜਾਂ ਅਤੇ ਦਰਦਾਂ ਵਿੱਚ ਹਨ ਸੰਕਟ ਦੇ ਵਿੱਚ ਹਨ ਪਰਮੇਸ਼ੁਰ ਉਹਨਾਂ ਬੱਚਿਆਂ ਦੇ ਅੱਜ ਜੂਏ ਤੋੜ ਦਿੱਤੇ ਜਾਣ ਪਰਮੇਸ਼ੁਰ ਸ਼ੁਕਰਾਂ ਚੂਰ ਕਰ ਦਿੱਤੇ ਜਾਣ ਪਰਮੇਸ਼ੁਰ ਨੂੰ ਬਦਲ ਦਿੱਤੇ ਜਾਣ ਜ਼ਿੰਦਗੀ ਬਦਲ ਦਿੱਤੀ ਜਾਵੇ ਤੇਰੀ ਕਿਰਪਾ ਹੋ ਜਾਵੇ ਦਿਆ ਹੋ ਜਾਵੇ ਰਹਿਮਤ ਹੋ ਜਾਵੇ ਤੇਰਾ ਨਾਮ ਉੱਚਾ ਤੇਰਾ ਪਵਿੱਤਰ ਆਤਮਾ ਪ੍ਰਭੂ ਜੀ ਕਾਰਿਆ ਕਰੇ ਰੂਹ ਪਾਤ ਤੇਰੀ ਜੈ ਜੈ ਕਰਕੇ ਤੇਰੀ ਮਰਜ਼ੀ ਪੂਰੀ ਹੋਵੇ ਤੇਰੀ ਇੱਛਾ ਪੂਰੀ ਹੋਵੇ ਜੋ ਸਵਰਗ ਮੇਂ ਹੈ ਪ੍ਰਤੀ ਪੂਰੀ ਹੋਵੇ ਰਾਜਿਓ ਕਾ ਰਾਜਾ ਸਮਰਥੀ ਪਰਮੇਸ਼ੁਰ ਇਸਰਾਇਲ ਤੋਂ ਲੈ ਕੇ ਯਰੂਸ਼ਲੈਮ ਪਰਮੇਸ਼ੁਰ ਤੇਰਾ ਜੋ ਸਾਦੇ ਵਾਲੇ ਪਿੰਡ ਭਵਨ ਤੋਂ ਲੈ ਕੇ ਤੇਰੀ ਵੇਦੀ ਤੋਂ ਲੈ ਕੇ ਤੇਰੇ ਤਿੰਨਾਂ ਭਵਨਾਂ ਤੋਂ ਲੈ ਕੇ ਪਰਮੇਸ਼ੁਰ ਤੇਰੀ ਕਿਰਪਾ ਕਰਨਾ ਦਇਆ ਕਰਨਾ ਤੇਰੇ ਸਰੋਵਰ ਤੋਂ ਲੈ ਕੇ ਪਰਮੇਸ਼ੁਰ ਅੰਤਕਾਲ ਤੋਂ ਲੈ ਕੇ ਸਵਰਗ ਲੋਕ ਤੋਂ ਲੈ ਕੇ ਪਰਮੇਸ਼ੁਰ ਤੇਰੀ ਕਿਰਪਾ ਹੋਵੇ ਤੇਰੀ ਜੈ ਜੈਕਾਰ ਹੋਵੇ ਉਹਨਾਂ ਬੱਚਿਆਂ ਨੂੰ ਪਾਪਾਂ ਤੋਂ ਸਮਾ ਕਰਨਾ ਦੁੱਖਾਂ ਦੇ ਪੀੜਾਂ ਨੂੰ ਬਚਾਉਣਾ ਸਮਰਥੀ ਪਰਮੇਸ਼ੁਰ ਤੇਰੀ ਜੈ ਜੈਕਾਰ ਹੋਵੇ ਤੇਰਾ ਨਾਮ ਉੱਚਾ ਉਤਾਰੇ ਮਹਾਨ ਸ਼ਕਤੀ ਪ੍ਰਭੂ ਜੀ ਕਰਿਆ ਕਰੇ ਤੇਰਾ ਚਮਤਕਾਰ ਦੁੱਖਾਂ ਦੇ ਪੀੜਾਂ ਬਚਾਉਣ ਵਾਲੇ ਪਰਮੇਸ਼ੁਰ ਰਾਜਿਓ ਕਾ ਰਾਜਾ ਸਮਰਥੀ ਪਰਮੇਸ਼ੁਰ ਤੇਰੀ ਵਡਿਆਈ ਹੋਵੇ ਤੇਰੀ ਜੈ ਜੈਕਾਰ ਹੋਵੇ ਤੇਰਾ ਨਾਮ ਸਭ ਤੋਂ ਉੱਚਾ ਹੈ ਮੇਰੇ ਪ੍ਰਭੂ ਦਇਆ ਕਰੋ ਜਿੰਨੀਆਂ ਵੀ ਸੰਗਤਾਂ ਬੱਚੇ ਤੇਰੇ ਖੜੇ ਹਨ ਪਰਮੇਸ਼ੁਰ ਪਿਤਾ ਇਹਨਾਂ ਬੱਚਿਆਂ ਦੇ ਅੱਜ ਜੋ ਕਾਲ ਦੇ ਜੂਏ ਜੋ ਬਿਮਾਰੀ ਦੇ ਜੂਏ ਮੌਤ ਦੇ ਜੂਏ ਹਨ ਪਰਮੇਸ਼ੁਰ ਪਿਤਾ ਚੱਕਣਾ ਚੂਰ ਕਰ ਦਿਓ ਮੇਰੇ ਖੁਦਾਵੰਦ ਇਹਨਾਂ ਬੱਚਿਆਂ ਨੂੰ ਬਚਾ ਲਏ ਜਾਂ ਕਿਰਪਾ ਕਰ ਦਿਓ ਮੇਰੇ ਖੁਦਾ ਤੇਰੀ ਵਡਿਆਈ ਹੋਵੇ ਤੇਰੀ ਜੈ ਜੈਕਾਰ ਹੋਵੇ ਤੇਰੀਆਂ ਸ਼ਕਤੀਆਂ ਇਸ ਵਕਤ ਉੱਠਣ ਉੱਠੋ ਮੇਰੇ ਪਰਮੇਸ਼ੁਰ ਇਸੇ ਵਕਤ ਤੇਰੀਆਂ ਸ਼ਕਤੀਆਂ ਨੂੰ ਉਠਾਓ ਪਰਮੇਸ਼ੁਰ ਤੇਰੀਆਂ ਸ਼ਕਤੀਆਂ ਨੂੰ ਹਿਲਾਓ ਇਸੇ ਘੜੀ ਨਾਲ ਦੀ ਨਾਲ ਚੰਗੇ ਹੋ ਖੁਦਾ ਤੇਰੀ ਵਡਿਆਈ ਹੋਵੇ ਤੇਰੀ ਮਰਜ਼ੀ ਪੂਰੀ ਹੋਵੇ ਖੁਦਾ ਤੇਰੀ ਸਮਰਥ ਦੇ ਨਾਂ ਤੇਰੀ ਪਵਿੱਤਰ ਆਤਮਾ ਦੇ ਨਾਂ ਬਰਕਤ ਦੇ ਨਾਂ ਭਰ ਦਿਓ ਪਰਮੇਸ਼ੁਰ ਬਰਕਤ ਦੇ ਨਾਂ ਬਰਕਤ ਨਾ ਭਰ ਦਿਓ ਮੇਰੇ ਖੁਦਾਵੰਦ ਬਰਕਤ ਦੇ ਨਾਂ ਇਸੇ ਘੜੀ ਪਰਮੇਸ਼ੁਰ ਤੇਰੀ ਜੈ ਜੈਕਾਰ ਹੋਵੇ ਤੇਰੇ ਸੇਵਾਦਾਰ ਬੱਚਿਆਂ ਤੋਂ ਲੈ ਕੇ ਪਰਮੇਸ਼ੁਰ ਦਇਆ ਕਰਨਾ ਰਹਿਮਤ ਕਰਨਾ ਪਰਮੇਸ਼ੁਰ ਲੰਗਰ ਵਾਲੇ ਬੱਚਿਆਂ ਤੋਂ ਲੈ ਕੇ ਪਰਮੇਸ਼ੁਰ ਜਿਹੜੇ ਤੇਰੇ ਢੋਲ ਬਾਜਿਆਂ ਦੀ ਖੁਸ਼ੀ ਦੇ ਨਾਲ ਆਉਣ ਵਾਲੇ ਉਹਨਾਂ ਬੱਚਿਆਂ ਤੋਂ ਲੈ ਕੇ ਪਰਮੇਸ਼ੁਰ ਦਇਆ ਕਰਨਾ ਮੇਰੇ ਖੁਦਾ ਤੇਰੀ ਜੈ ਜੈਕਾਰ ਹੋਵੇ ਤੇਰਾ ਨਾਮ ਸਭ ਤੋਂ ਉੱਚਾ ਹੋਵੇ ਮੇਰੇ ਪਰਮੇਸ਼ੁਰ ਤੂੰ ਸੱਚਾ ਰਾਜਾ ਹੈ ਤੇਰੀ ਮਹਾਨ ਕਿਰਪਾ ਹੈ ਸਵਰਗ ਲੋਕ ਦਾ ਰਾਜਾ ਹੈ ਸਭ ਕੁਛ ਤੇਰਾ ਹੀ ਬਣਾਇਆ ਹੋਇਆ ਪਰਮੇਸ਼ੁਰ ਸਭ ਕੁਛ ਤੇਰਾ ਹੈ ਪਰਮੇਸ਼ੁਰ ਤੇਰੀ ਵਡਿਆਈ ਹੈ ਤੇਰੀ ਜੈ ਜੈਕਾਰ ਹੈ ਮੇਰੇ ਖੁਦਾ ਇਸੇ ਘੜੀ ਪਰਮੇਸ਼ੁਰ ਤੇਰੀਆਂ ਸੰਗਤਾਂ ਨੂੰ ਪਾਪਾਂ ਦੇ ਵਿੱਚੋਂ ਬਚਾਉਣਾ ਪਾਪਾਂ ਤੋਂ ਛੁਡਾ ਲੈਣਾ ਮੇਰੇ ਪਰਮੇਸ਼ੁਰ ਇਹਨਾਂ ਬੱਚਿਆਂ ਨੂੰ ਗਿਆਨ ਨਹੀਂ ਉਹਨਾਂ ਨੂੰ ਗਿਆਨ ਅਤੇ ਧਿਆਨ ਬਖਸ਼ਣਾ ਪਰਮੇਸ਼ੁਰ ਤੇਰੀ ਮਹਿਮਾ ਕਰਨ ਦਾ ਗਿਆਨ ਬਖਸ਼ਣਾ ਪਰਮੇਸ਼ੁਰ ਤੈਨੂੰ ਯਾਦ ਕਰਨ ਦਾ ਗਿਆਨ ਬਖਸ਼ਣਾ ਪਰਮੇਸ਼ੁਰ ਅੱਗੇ ਵਧਣ ਦਾ ਗਿਆਨ ਦੱਸਣਾ ਅੱਗੇ ਕਦਮ ਰੱਖਣ ਦਾ ਗਿਆਨ ਬਖਸ਼ਣਾ ਪਰਮੇਸ਼ੁਰ ਕਿਰਪਾ ਕਰੋ ਮੇਰੇ ਖੁਦਾਵੰਦ ਪਰਮੇਸ਼ੁਰ ਪਰਮੇਸ਼ੁਰ ਹਾਰਟ ਵਾਲੇ ਹਾਰਟ ਤੋਂ ਚੰਗੇ ਹੋਣ ਸ਼ੂਗਰ ਵਾਲੇ ਸ਼ੂਗਰ ਤੋਂ ਚੰਗੇ ਹੋਣ ਪਰਮੇਸ਼ੁਰ ਸੁੰਨਾਪਨ ਵਾਲੇ ਸੁੰਨਾਪਨ ਤੋਂ ਚੰਗੇ ਹੋਣ ਪਰਮੇਸ਼ੁਰ ਮਾਸ ਪੇਸ਼ੀਆਂ ਹੱਡੀਆਂ ਜਿਨ੍ਹਾਂ ਬੱਚਿਆਂ ਦੀਆਂ ਦਰਦ ਹਨ ਜਿਨ੍ਹਾਂ ਬੱਚਿਆਂ ਦੇ ਸਰੀਰ ਵਿੱਚ ਸੱਤ ਨਹੀਂ ਹੈ ਪਰਮੇਸ਼ੁਰ ਉਹਨਾਂ ਬੱਚਿਆਂ ਦੇ ਵਿੱਚ ਸੱਤ ਭਰ ਦਿਓ ਪਰਮੇਸ਼ੁਰ ਉਹਨਾਂ ਦੇ ਸਰੀਰਾਂ 'ਚ ਬਰਕਤ ਭਰ ਦਿਓ ਪਰਮੇਸ਼ੁਰ ਦਇਆ ਕਰੋ ਪਰਮੇਸ਼ੁਰ ਉਹਨਾਂ ਦੇ ਜੂਏ ਤੋੜ ਦਿਓ ਚੱਕਣਾ ਚੂਰ ਕਰ ਦਿਓ ਮੇਰੇ ਖੁਦਾਵੰਦ ਪਰਮੇਸ਼ੁਰ ਉਹਨਾਂ ਦੇ ਸਰੀਰ ਇੱਕਦਮ ਤੰਦਰੁਸਤੀ ਹੋ ਜਾਣ ਪਾਪਾਂ ਤੋਂ ਛੁਡਾਏ ਜਾਣ ਲੰਗੜੇ ਚੱਲ ਕੇ ਜਾਣ ਅੰਨੇ ਵੇਖ ਕੇ ਜਾਣ ਬੋਲੇ ਸੁਣ ਕੇ ਜਾਣ ਬਿਮਾਰ ਬਿਮਾਰੀਆਂ ਤੋਂ ਚੰਗੇ ਹੋ ਜਾਣ ਅੱਖਾਂ ਦੀ ਰੋਸ਼ਨੀ ਵਾਲੇ ਪਰਮੇਸ਼ੁਰ ਤੇਰੀ ਕਿਰਪਾ ਕਰੋ ਅੱਖਾਂ ਦੀ ਰੋਸ਼ਨੀ ਖੁੱਲ੍ਹ ਜਾਏ ਪਰਮੇਸ਼ੁਰ ਜਾਂ ਉਹਨਾਂ ਗਲੇ ਖੁੱਲ੍ਹ ਜਾਣ ਦਿਮਾਗ ਖੁੱਲ੍ਹ ਜਾਣ ਪਰਮੇਸ਼ੁਰ ਕਿਰਪਾ ਕਰੋ ਲੱਤਾਂ ਦਰਦਾਂ ਪੀੜਾਂ ਚਲੀਆਂ ਜਾਣ ਪੂਰਾ ਸਰੀਰ ਜੁੜਿਆ ਹੋਇਆ ਖੁੱਲ੍ਹ ਜਾਏ ਭਦਰੰਗ ਦੀ ਬਿਮਾਰੀ ਚਲੀ ਜਾਏ ਪੂਰਾ ਸਰੀਰ ਖੁੱਲ੍ਹ ਜਾਏ ਕਿਰਪਾ ਕਰੋ ਦਇਆ ਕਰੋ ਪਰਮੇਸ਼ੁਰ ਸ਼ੈਤਾਨ ਦੇ ਜੂਏ ਪਾਏ ਹੋਏ ਸ਼ੈਤਾਨ ਦੇ ਜਾਲ ਪਾਏ ਹੋਏ ਅੱਜ ਤੇਰੇ ਨਾਮ ਦੇ ਵਿੱਚ ਚੱਕਣਾ ਚੂਰ ਕਰ ਦੇ ਤੋੜ ਦੇ ਮੇਰੇ ਖੁਦਾਵੰਦ ਤੇਰੀ ਕਿਰਪਾ ਹੋਵੇ ਤੇਰੀ ਵਡਿਆਈ ਹੋਵੇ ਇਹਨਾਂ ਬੱਚਿਆਂ ਤੋਂ ਸੁਣੀਏ ਵੀ ਕਾਲ ਦੇ ਜੂਏ ਚੱਕਣਾ ਚੂਰ ਹੋ ਗਏ ਹਨ ਪਰਮੇਸ਼ੁਰ ਜੋ ਕਾਲ ਦੇ ਜਾਲ ਫੈਲਾਏ ਹੋਏ ਚੱਕਣਾ ਚੂਰ ਹੋ ਗਏ ਹਨ ਇਹਨਾਂ ਬੱਚਿਆਂ ਨੂੰ ਪਤਾ ਲੱਗ ਜਾਏ ਮੇਰੇ ਖੁਦਾਵੰਦ ਤੇਰੀ ਵਡਿਆਈ ਹੋਵੇ ਤੇਰੀ ਜੈ ਜੈਕਾਰ ਹੋਵੇ ਇਹਨਾਂ ਬੱਚਿਆਂ ਤੋਂ ਮੈਂ ਤੇਰੀ ਵੇਦੀ 'ਤੇ ਵੀ ਗਵਾਹੀਆਂ ਸੁਣਾ ਤੇਰੀਆਂ ਜੈ ਜੈਕਾਰਾਂ ਸੁਣਾ ਸਾਰੇ ਹੱਥ ਹਟਾ ਕੇ ਬਰਕਤ ਦੇ ਲਈ ਮੰਗਾਂਗੇ ਪਰਮੇਸ਼ੁਰ ਦਇਆ ਕਰਨਾ ਇਹਨਾਂ ਬੱਚਿਆਂ ਨੂੰ ਬਰਕਤ ਦੇ ਜਿਹੜੇ ਬੱਚੇ ਦੇ ਪਰ ਇਹਨੂੰ ਯਾਦ ਕਰਨ ਵਾਲੇ ਦੇ ਕਾਲ ਦੇ ਜੂਏ ਨਹੀਂ ਟੁੱਟੇ ਹਨ ਇਸੇ ਕਿਹੜੇ ਪ੍ਰਭੂ ਇਹ ਪਰਮੇਸ਼ੁਰ ਯਹੋਵਾ ਦੇ ਨਾਮ 'ਚ ਪ੍ਰਭੂ ਯਸ਼ੂ ਦੇ ਨਾਮ ਦੇ ਵਿੱਚ ਕਾਲ ਦੇ ਜੂਏ ਤੋੜਦਾ ਪ੍ਰਭੂ ਯਸ਼ੂ ਦੇ ਨਾਮ ਦੇ ਵਿੱਚ ਮੌਤ ਦੇ ਜੂਏ ਨੂੰ ਤੋੜਦਾ ਪ੍ਰਭੂ ਯਸ਼ੂ ਦੇ ਨਾਮ ਦੇ ਵਿੱਚ ਇਸੇ ਕੜੀ ਮੈਂ ਪਰਮੇਸ਼ੁਰ ਯਹੋਵਾ ਦੇ ਨਾਮ ਦੇ ਵਿੱਚ ਪਰਮੇਸ਼ੁਰ ਯਹੋਵਾ ਦੇ ਨਾਮ 'ਚ ਵੇਦੀ ਤੋਂ ਪਰਮੇਸ਼ੁਰ ਯਹੋਵਾ ਬਾਈਬਲ ਗ੍ਰੰਥ ਦੇ ਵਿੱਚੋਂ ਇਸੇ ਕੜੀ ਮੈਂ ਉਸ ਸਰੀਰ ਦੇ ਵਿੱਚ ਸੱਤ ਨਹੀਂ ਸੱਤ ਖਤਮ ਹੈ ਪੂਰੀਆਂ ਹੱਡੀਆਂ ਮਾਸਪੇਸ਼ੀਆਂ ਦੇ ਜੋ ਜਕੜੀਆਂ ਹੋਈਆਂ ਤਾਂ ਜੋ ਉਸ ਜੂਏ ਨੂੰ ਤੋੜਦਾ ਚੱਕਣਾ ਚੂਰ ਕਰਦਾ ਪ੍ਰਭੂ ਯਸ਼ੂ ਦੇ ਨਾਮ ਦੇ ਵਿੱਚ ਪਰਮੇਸ਼ੁਰ ਯਹੋਵਾ ਦੇ ਨਾਮ ਦੇ ਵਿੱਚ ਇਸੇ ਕੜੀ ਚੱਕਣਾ ਚੂਰ ਹੋ ਜਾਣ ਪੂਰੇ ਸਰੀਰ ਖੁੱਲ੍ਹ ਜਾਣ ਨੋਰਮਲ ਹੋ ਜਾਣ ਪਰਮੇਸ਼ੁਰ ਤੇਰੀ ਵਡਿਆਈ ਹੋਵੇ ਤੇਰੀ ਜੈ ਜੈਕਾਰ ਹੋਵੇ ਇਸੇ ਕੜੀ ਉਹਨਾਂ ਨੂੰ ਪਤਾ ਲੱਗ ਜਾਏ ਵੀ ਸਾਡਾ ਜੂਆ ਚੱਕਣਾ ਚੂਰ ਹੋ ਗਿਆ ਪਰਮੇਸ਼ੁਰ ਪਿਤਾ ਇਸੇ ਕੜੀ ਉਹ ਅਗਵਾਈ ਹੋਵੇ ਵੀ ਜੋ ਪੂਰੇ ਸਰੀਰ ਦੇ ਵਿੱਚੋਂ ਜੂਆ ਜਿਹੜਾ
ਸ਼ੈਤਾਨ ਦਾ ਜੋ ਬਿਮਾਰੀ ਦਾ ਚੁੱਕਣਾ ਚੂਰ ਹੋ ਜਾਏ। ਇਸੇ ਘੜੀ ਪਰਮੇਸ਼ੁਰ ਯਹੋਵਾ ਤੇਰੀ ਵਡਿਆਈ ਹੋਵੇ, ਤੇਰੀ ਜੈ ਜੈਕਾਰ ਹੋਵੇ, ਤੇਰੀ ਮਰਜ਼ੀ ਪੂਰੀ ਹੋਵੇ, ਤੇਰੀ ਇੱਛਾ ਪੂਰੀ ਹੋਵੇ। ਚੱਕਣਾ ਚੂਰ ਕਰ ਦਿਓ ਮੇਰੇ ਖੁਦਾਬੰਦ ਪਰਮੇਸ਼ੁਰ, ਜੋ ਬਿਮਾਰੀ ਦਾ ਜੂਆ ਹੈ, ਕਾਲ ਦਾ ਜੂਆ ਹੈ, ਅੱਜ ਉਹਨੂੰ ਤੋੜ ਦਿਓ ਪਰਮੇਸ਼ੁਰ, ਤੋੜ ਦਿਓ। ਉਹ ਜਾਲਾਂ ਦੇ ਵਿੱਚ ਫਸੇ ਹੋਏ ਬੱਚਿਆਂ ਨੂੰ ਅੱਜ ਕੱਢ ਲਓ ਬਾਹਰ ਮੇਰੇ ਖੁਦਾਬੰਦ, ਇਹਨਾਂ ਬੱਚਿਆਂ ਨੂੰ ਖਰੀਦ ਕੇ, ਇਹਨਾਂ ਬੱਚਿਆਂ ਦੀ ਕੀਮਤ ਅਦਾ ਕਰਕੇ ਮੇਰੇ ਖੁਦਾਬੰਦ, ਇਹਨਾਂ ਬੱਚਿਆਂ ਨੂੰ ਮਾਫ਼ ਕਰੋ, ਕਿਰਪਾ ਕਰੋ, ਪਾਪਾਂ ਤੋਂ ਵੀ ਸ਼ਮਾ ਕਰ ਦਿਓ। ਤੇਰੀ ਵਡਿਆਈ ਹੋਵੇ, ਤੇਰੀ ਜੈ ਜੈਕਾਰ ਹੋਵੇ, ਤੇਰਾ ਨਾਮ ਉੱਚਾ ਪ੍ਰਭੂ ਯਸ਼ੂ ਮਸੀਹ ਦੇ ਨਾਮ ਦੇ ਵਿੱਚ, ਪਰਮੇਸ਼ੁਰ ਯਹੋਵਾ ਦੇ ਨਾਮ ਦੇ ਵਿੱਚ ਇਸ ਬੇਦੀ ਤੋਂ ਦੰਡਵਤ ਕਰਦਾ। ਪਰਮੇਸ਼ੁਰ ਯਹੋਵਾ ਦੇ ਨਾਮ, ਖੁਦਾਬੰਦ ਦੇ ਨਾਮ ਦੇ ਵਿੱਚ ਦੰਡਵਤ ਨੂੰ ਸਵੀਕਾਰ ਕਰਨਾ ਪਰਮੇਸ਼ੁਰ। ਇਸੇ ਘੜੀ ਮੈਂ ਉਸ ਜੂਏ ਨੂੰ ਤੋੜਨ ਵਾਸਤੇ ਤੇਰੀਆਂ ਸ਼ਕਤੀਆਂ, ਤੇਰੀਆਂ ਸਮਰਥਾਂ, ਪਵਿੱਤਰ ਆਤਮਾ, ਪਰਮੇਸ਼ੁਰ ਰੂਪ ਪਾਤ, ਇਸੇ ਘੜੀ ਤੇਰੀ ਕਿਰਪਾ ਕਰਨਾ ਪਰਮੇਸ਼ੁਰ। ਹੁਣ ਦੰਡਵਤ ਨੂੰ ਸਵੀਕਾਰ ਕਰੋ, ਅਤੇ ਉਸ ਤੋਂ ਬਾਅਦ ਪਰਮੇਸ਼ੁਰ ਜੋ ਬੱਚੇ ਰਹੇ ਹੋਏ ਸ਼ੈਤਾਨ ਦੇ ਵਿੱਚ ਜਕੜੇ ਹੋਏ, ਪਰਮੇਸ਼ੁਰ ਜੋ ਕਾਲ ਦੇ ਜੂਏ ਵਿੱਚ ਫਸੇ ਹੋਏ, ਪਰਮੇਸ਼ੁਰ ਉਹ ਜੰਜੀਰ ਦੇ ਵਿੱਚ ਜਕੜੇ ਹੋਏ, ਉਸ ਜਾਲ ਦੇ ਵਿੱਚ ਫਸੇ ਹੋਏ, ਤਾਂ ਉਹਨਾਂ ਨੂੰ ਪ੍ਰਭੂ ਜੀ ਕੱਢਣ ਦੇ ਲਈ ਪਰਮੇਸ਼ੁਰ ਤੇਰੀਆਂ ਸ਼ਕਤੀਆਂ ਦੇ ਨਾਲ, ਤੇਰੇ ਰੂਪ ਪਾਤ, ਪਵਿੱਤਰ ਆਤਮਾ, ਤਾਂ ਪਰਮੇਸ਼ੁਰ ਤੇਰੀ ਸ਼ਕਤੀ ਸਾਮਰਥ ਦੇ ਨਾਲ ਹੁਣ ਆਗਿਆ ਕਰੋ ਖੁਦਾ। ਦੰਡਵਤ ਤੋਂ ਬਾਅਦ ਉਹਨਾਂ ਬੱਚਿਆਂ ਨੂੰ ਚੰਗੇ ਕਰਕੇ ਤੇਰੀ ਜੈ ਜੈਕਾਰ ਦੇ ਵਿੱਚ ਅੱਗੇ ਵਧਾਏ ਜਾਣ, ਤੇਰੀਆਂ ਸਭ ਤੋਂ ਵੱਡੀਆਂ ਅਗਵਾਈਆਂ ਅਤੇ ਤੇਰੀਆਂ ਜੈ ਜੈਕਾਰਾਂ ਹੋ ਜਾਣ ਪਰਮੇਸ਼ੁਰ। ਆਮੀਨ, ਹਾਲੇਲੂਇਆ। ਖੁਦਾਵੰਦ ਪਰਮੇਸ਼ੁਰ, ਤੇਰੇ ਦੰਡਵਤ ਨੂੰ ਪਰ ਸਵੀਕਾਰ ਕਰਨਾ ਮੇਰੇ ਖੁਦਾ, ਤੇਰੀ ਸਮਰਥ ਤੇਰੇ ਪਵਿੱਤਰ ਆਤਮਾ ਰੂਪਾਤ ਹੁਣ ਇਹਨਾਂ ਬੱਚਿਆਂ ਦੇ ਕਰਿਆ ਕਰੇ, ਇਸੇ ਘੜੀ ਕਰਿਆ ਕਰੇ ਤੇਰੀ ਵੇਦੀ ਦੇ ਉੱਤੇ, ਤੇਰੇ ਵੇਦੀ ਦੇ ਉੱਤੇ ਤੇਰੀਆਂ ਸ਼ਕਤੀਆਂ ਕਰਿਆ ਕਰਨ, ਤੇਰਾ ਚਮਤਕਾਰ ਦਿਖਾਉਣ ਮੇਰੇ ਖੁਦਾਵੰਦ, ਮੇਰੇ ਪਰਮੇਸ਼ੁਰ, ਸਾਹਾਂ ਦੇ ਮਾਲਕ, ਇਸੇ ਘੜੀ ਇਹ ਸ਼ਕਤੀਆਂ ਕਰਿਆ ਕਰਨ, ਤੇਰਾ ਚਮਤਕਾਰ ਕਰਨ ਮੇਰੇ ਖੁਦਾਵੰਦ, ਤੇਰੀ ਵਡਿਆਈ ਹੋਵੇ। ਸਭਨਾਂ ਬੱਚਿਆਂ ਦੇ ਦੰਡਵਤ ਨੂੰ ਵੀ ਸਵੀਕਾਰ ਕਰਨਾ, ਦੁੱਖਾਂ ਅਤੇ ਪੀੜਾਂ ਤੋਂ ਛੁਡਾਉਣਾ, ਤੇਰੀ ਮਰਜ਼ੀ ਨੂੰ ਪੂਰੀ ਕਰਨਾ, ਤੇਰੀ ਜੈ ਜੈਕਾਰ ਨੂੰ ਪੂਰੀ ਕਰਨਾ ਖੁਦਾ, ਤੇਰੀ ਸਮਰਥ ਨੂੰ ਪੂਰੀ ਹਲ ਪਰਮੇਸ਼ੁਰ ਇਸੇ ਵਕਤ ਚੰਗਾ ਕਰਨਾ। ਖੁਦਾਵੰਦ ਨਾਮ ਦੇ ਵਿੱਚ, ਪਰਮੇਸ਼ੁਰ ਯਹੋਵਾ ਦੇ ਨਾਮ ਦੇ ਵਿੱਚ ਮੈਂ ਧੰਨਵਾਦ ਕਰਦਾ ਹਾਂ ਪਰਮੇਸ਼ੁਰ ਯਹੋਵਾ ਜੀ ਦਾ, ਤਾਂ ਪ੍ਰਭੂ ਯਸ਼ੂ ਜੀ ਦਾ, ਤਾਂ ਮੈਂ ਬਹੁਤ ਧੰਨਵਾਦ ਕਰਦਾ ਹਾਂ ਪਰਮੇਸ਼ੁਰ ਦਾ। ਪਰਮੇਸ਼ੁਰ ਪਿਤਾ ਜੀ ਨੇ ਅਤੇ ਪ੍ਰਭੂ ਯਸ਼ੂ ਮਸੀਹ ਨੇ, ਤਾਂ ਪਰਮੇਸ਼ੁਰ ਨੇ ਬੜੀ ਵਧੀ ਖੁਸ਼ੀ ਦੇ ਵਿੱਚ ਬਖਸ਼ੀ ਇਸ ਗਵਾਹੀ ਦਿੱਤੇ ਰੱਖਾਂਗੇ। ਤਾਂ ਪਰਮੇਸ਼ੁਰ ਨੇ ਦੇਖੋ ਇਹ ਦੋ ਬੱਚੇ ਪਰਮੇਸ਼ੁਰ ਪਿਤਾ ਜੀ ਨੇ ਤੁਹਾਨੂੰ ਬਖਸ਼ੇ ਹਨ, ਹਾਂਜੀ ਹਾਂਜੀ, ਤਾਂ ਮੈਂ ਬਹੁਤ ਧੰਨਵਾਦ ਕਰਦਾ। ਦੇਖੋ ਦੋ ਬੱਚੇ ਇਸ ਪਰਮੇਸ਼ੁਰ ਦੇ ਪਿਤਾ ਜੀ ਨੇ ਇਹਨਾਂ ਨੂੰ ਬਖਸ਼ੇ ਹਨ, ਤਾਂ ਮੈਂ ਇਹਨਾਂ ਨੂੰ ਆਸ਼ੀਰਵਾਦ ਕਰਦਾ ਹਾਂ ਪਰਮੇਸ਼ੁਰ ਯਹੋਵਾ ਦੇ ਨਾਮ 'ਚ, ਅਤੇ ਪ੍ਰਭੂ ਯਸ਼ੂ ਦੇ ਨਾਮ ਦੇ ਵਿੱਚ ਆਸ਼ੀਰਵਾਦ ਕਰਦਾ ਮੇਰੇ ਖੁਦਾਬੰਦ ਨਾਮ ਦੇ ਵਿੱਚ, ਮੇਰੇ ਪਰਮੇਸ਼ੁਰ ਯਹੋਵਾ ਦੇ ਨਾਮ ਦੇ ਵਿੱਚ, ਮੇਰੇ ਖੁਦਾਬੰਦ ਪਰਮੇਸ਼ੁਰ ਯਹੋਵਾ ਦੇ ਨਾਮ ਦੇ ਵਿੱਚ, ਇਹ ਸਵਰਗ ਲੋਕ ਦੇ ਰਾਜਾ ਦੇ ਉੱਤੇ ਮੈਂ ਪਰਮੇਸ਼ੁਰ ਯਹੋਵਾ ਤੇਰੇ ਚਰਨਾਂ ਦੇ ਵਿੱਚ ਜੋ ਬੱਚੇ ਤੈਂ ਦਿੱਤੇ ਹਨ, ਅਤੇ ਮੈਂ ਤੇਰਾ ਧੰਨਵਾਦ ਕਰਦਾ ਹਾਂ, ਤੇਰੀ ਵਡਿਆਈ ਕਰਦਾ ਹਾਂ ਪਰਮੇਸ਼ੁਰ ਯਹੋਵਾ, ਤੇਰਾ ਸ਼ੁਕਰ ਕਰਦਾ ਹਾਂ, ਤੇਰੀ ਵਡਿਆਈ ਕਰਦਾ ਹਾਂ ਪਰਮੇਸ਼ੁਰ, ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਹ ਬੱਚੇ ਤੇਰੇ ਢੋਲ ਵਾਜਿਆਂ ਦੇ ਨਾਲ ਪਰਮੇਸ਼ੁਰ ਦੇ ਬੱਚਿਆਂ ਦੀ ਖੁਸ਼ੀ ਦੇ ਵਿੱਚ ਤੇਰਾ ਸ਼ੁਕਰ ਕਰਨ ਵਾਸਤੇ ਆਏ ਹਨ, ਤੇਰਾ ਧੰਨਵਾਦ ਕਰਨ ਵਾਸਤੇ ਆਏ ਹਨ, ਤੇਰਾ ਧੰਨਵਾਦ ਕਰਦਾ ਪਰਮੇਸ਼ੁਰ ਯਹੋਵਾ ਜੀ। ਆਮੀਨ, ਹਾਲੇਲੂਇਆ, ਆਮੀਨ, ਹਾਲੇਲੂਇਆ। ਪਰਮੇਸ਼ੁਰ ਯਹੋਵਾ ਦੇ ਨਾਲ ਤਾੜੀ ਮਾਰਾਂਗੇ। ਸੱਚ ਦਾ ਮਾਲਕ ਹੈ, ਤਾਂ ਪਰਮੇਸ਼ੁਰ ਬੜਾ ਮਹਾਨ ਹੈ ਖੁਦਾਵੰਦ, ਜੋ ਪਰਮੇਸ਼ੁਰ ਆਪਣੇ ਬੱਚਿਆਂ ਨੂੰ ਇੱਕ ਵਾਰੀ ਦੇ ਵਿੱਚ ਵੀ ਦੇਖੋ ਸਭ ਕੁਛ ਪ੍ਰਾਪਤ ਕਰ ਦਿੰਦਾ ਹੈ, ਇੱਕ ਵਾਰੀ 'ਚ ਸਭ ਕੁਛ ਦੇ ਦਿੰਦਾ ਹੈ, ਤਾਂ ਮੈਂ ਬਹੁਤ ਧੰਨਵਾਦ ਕਰਦਾ ਇਸ ਬੱਚਿਆਂ ਦੀ ਲੰਮੀ ਉਮਰਾਂ, ਅਤੇ ਇਸ ਬੱਚਿਆਂ ਨੂੰ ਪਰਮੇਸ਼ੁਰ ਪਿਤਾ ਜੀ ਹਮੇਸ਼ਾ ਲਈ ਖੁਸ਼ ਰੱਖੇ ਅਤੇ ਅੱਗੇ ਬੜਾਵੇ, ਅਤੇ ਪੂਰੇ ਪਰਿਵਾਰ ਬੱਚਿਆਂ ਤੋਂ ਲੈ ਕੇ ਪਰਮੇਸ਼ੁਰ ਪਿਤਾ ਦੇ ਨਾਮ 'ਚ ਧੰਨਵਾਦ ਕਰਦਾ। ਆਮੀਨ, ਹਾਲੇਲੂਇਆ, ਧੰਨਵਾਦ ਕਰਦਾ। ਜਿਸ ਤਰ੍ਹਾਂ ਬੱਚੇ ਦੀ ਗਵਾਹੀ ਹੋ ਰਹੀ ਹੈ ਤਾਂ ਅੱਗੇ ਕਰ ਸਕਦਾ, ਤਾਂ ਸ਼ੁਕਰ ਕਰਾਂਗੇ। ਬੱਚਾ ਮਤਲਬ ਪੇਟ ਜੇ 8ਵੇਂ ਮਹੀਨੇ ਪ੍ਰੇਸ਼ਨ ਹੋਇਆ ਤਾਂ ਕਹਿੰਦੇ ਅਸੀਂ ਬੱਚਿਆਂ ਦਾ ਸਾਨੂੰ ਕੋਈ ਉਮੀਦ ਨਹੀਂ ਹੈਗੀ, ਅਤੇ ਅੱਜ ਵੇਖ ਲਓ ਮਾਲਕ ਨੇ ਬਹੁਤ ਰੰਗ ਇੱਥੋਂ ਹੀ ਲੱਗੇ ਨੇ। ਬਹੁਤ ਬਹੁਤ ਧੰਨਵਾਦ ਖੁਦਾਵੰਦ ਦਾ, ਪਰਮੇਸ਼ੁਰ ਯਹੋਵਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ।